से जन जागे
जन जागे जिन हर मन वसिया जिन हर मन वसिया बोले अमृत बाण बोले अमृत बाणी से जन जागे गुर कृपा ते से जन जागे सिमृत शास्त्र पुण्य पाप विचार दे सिमृत शास्त्र पुण्य पाप विचार दे तत्ते सारी न जाने सारी न जाने सारी न जाने गुरु बाजो
नहीं गुणे संसार परम सुत्ता
ਸੇਜਨ ਜਾਗੇ ਗੁਰ ਕਿਰਪਾ ਤੇ, ਗੁਰ ਕਿਰਪਾ ਤੇ ਸੇਜਨ ਜਾਗੇ ਜਿਨ ਹਰ ਮਨ ਵਸਿਆ, ਜਿਨ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ, ਬੋਲੇ ਅੰਮ੍ਰਿਤ ਬਾਣੀ ਸੇਜਨ ਜਾਗੇ, ਸੇਜਨ ਜਾਗੇ ਗੁਰ ਕਿਰਪਾ ਤੇ ਸੇਜਨ ਜਾਗੇ, ਗੁਰ ਕਿਰਪਾ ਤੇ ਸੇਜਨ ਜਾਗੇ। ਗੁਰ ਕਿਰਪਾ ਤੇ ਸੇਜਨ ਜਾਗੇ ਜਿਨ ਹਰ ਮਨ ਵਸਿਆ, ਗੁਰ ਕਿਰਪਾ ਤੇ ਸੇਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ, ਬੋਲੇ ਅੰਮ੍ਰਿਤ ਬਾਣੀ ਸੇਜਨ ਜਾਗੇ, ਨਹੀਂ ਤਾਂ ਸ਼ਬਦ ਦਾ ਇਸ ਪੌੜੀ ਦਾ ਆਰੰਭ ਰਾਤ ਦੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਲੜੀਵਾਰ ਚੱਲਣ ਦੇ ਇਸ ਸ਼ਬਦ ਨਾਲ ਅਗਲਾ ਹਿੱਸਾ ਜੋੜਨਾ ਚਾਹੁੰਦਾ। ਗੁਰੂ ਤੇਗ ਬਹਾਦਰ ਸਾਹਿਬ ਦਾ ਬਚਨ ਸੀ, ਜਾਗ ਲੈ ਹੋ ਰੇ ਮਨਾ, ਜਾਗ ਲੈ ਹੋ ਕਹਾਂ ਗਾਫਲ ਸੋਇਆ। ਮੈਂ ਵਿਸਥਾਰ ਵਿੱਚ ਨਾ ਜਾਵਾਂ, ਜਾਗਣ ਦੀ ਲੋੜ ਪ੍ਰਤੀਤ ਹੋਈ, ਸੁੱਤੇ ਲੁੱਟੇ ਗਏ, ਖਜ਼ਾਨੇ ਖਾਲੀ ਹੋ ਗਏ, ਚੋਰ ਘਰ ਦੇ ਮਾਲਕ ਬਣ ਗਏ। ਜਾਗਣ ਦੀ ਲੋੜ ਸੀ। ਮੈਂ ਅੱਗੇ ਪੁੱਜਾਂ ਅੱਜ ਦੇ ਵਿਸਥਾਰ ਵੱਲ ਜੀ। ਜਾਗਾਂ ਕਿਵੇਂ, ਜਾਗਾਂ ਕਿਵੇਂ? ਧਰਮ ਦੇ ਖੇਤਰ ਵਿੱਚ ਜਿੰਨੇ ਪੁਰਾਤਨ ਸਮੇਂ ਤੋਂ ਵੇਦ ਸ਼ਾਸਤਰ ਸਿਮਰਤੀਆਂ ਅਤੇ ਉਹਨਾਂ ਦੇ ਗਾਉਣ ਵਾਲੇ ਬ੍ਰਾਹਮਣ ਸਾਰੇ ਇਹੋ ਗੱਲਾਂ ਕਰਦੇ ਰਹੇ ਕਿ ਇਹ ਸਭ ਕੁਛ ਜਗਾਉਣ ਲਈ, ਇਹ ਕੌਮਾਂ ਨੂੰ ਮਨੁੱਖਤਾ ਨੂੰ ਜਗਾਉਣ ਲਈ। ਪਰ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਅੱਜ ਦੇ ਸ਼ਬਦ ਰਾਹੀਂ ਬੜਾ ਖੂਬਸੂਰਤ ਜਵਾਬ ਦਿੱਤਾ। ਕਹਿਣ ਲੱਗੇ ਮੈਂ ਫਰਕ ਕੀ ਮਹਿਸੂਸ ਕਰਨਾ, ਸ
ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਸਿਮਰਤੀਆਂ ਸ਼ਾਸਤਰ ਪੁੰਨ ਪਾਪ ਵਿਚਾਰਦੇ ਰਹੇ ਤੇ ਉਹਨਾਂ ਤੇ ਆਧਾਰਿਤ ਹੀ ਤੇਰਾ ਰਸਤਾ ਉਲੀਕਦੇ ਰਹੇ। ਗੁਰੂ ਸਾਹਿਬ ਨੇ ਬਾਣੀ ਅੰਦਰ ਹੀ ਇੱਕ ਹੋਰ ਸ਼ਬਦ ਅੰਦਰ ਇਸ ਨੂੰ ਹੋਰ ਸਪਸ਼ਟ ਕੀਤਾ। ਕਹਿਣ ਲੱਗੇ ਕਥਾ ਕਹਾਣੀ ਬੇਦੀ ਆਣੀ, ਜਿਹੜੀਆਂ ਕਥਾ ਕਹਾਣੀਆਂ ਵੇਦਾਂ ਨੇ ਲਿਆਂਦੀਆਂ ਉਹਨਾਂ ਵਿੱਚ ਕੀ ਮਕਸਦ ਸੀ ਸਮਝਾਉਣ ਦਾ ਕਿ ਕਥਾ ਕਹਾਣੀ ਬੇਦੀ ਆਣੀ ਪਾਪ ਪੁੰਨ ਵਿਚਾਰ ਹੈ, ਸਿਰਫ ਪਾਪ ਤੇ ਪੁੰਨ ਦੀ ਵਿਚਾਰ ਹੈ ਤੇ ਉਹ ਪਾਪ ਪੁੰਨ ਦੇ ਆਧਾਰਿਤ ਇੱਕ ਗੱਲ ਸਮਝਾਉਂਦੇ ਸਨ ਕਿ ਦੇ ਲੈਣਾ ਲੈ ਦੇਣਾ ਨਰਕ ਸੁਰਗ ਅਵਤਾਰ। ਗੁਰਬਾਣੀ ਵੀ ਜੋ ਕੁਝ ਦੇਗਾ ਉਹ ਲਵੇਗਾ, ਜੋ ਲਵੇਗਾ ਉਹ ਦੇਣਾ ਪਵੇਗਾ। ਪਰ ਗੁਰੂ ਅਮਰਦਾਸ ਪਾਤਸ਼ਾਹ ਕਹਿਣ ਲੱਗੇ ਉਹਦੇ ਨਾਲ ਇੱਕ ਬੜੀ ਮੁਸ਼ਕਿਲ ਬਣ ਗਈ, ਇੱਕ ਭੁਲੇਖਾ ਪੈ ਗਿਆ ਕਿ ਮਨੁੱਖ ਰੱਬ ਭੁੱਲ ਗਿਆ ਵੀ ਮੈਂ ਆਪਣਾ ਦਿੱਤਾ ਲੈਣਾ ਹੈ, ਲਿਆ ਹੋਇਆ ਦੇਣਾ ਹੈ, ਮੇਰਾ ਸੰਸਾਰ ਨਾਲ ਆਪਣਾ ਸਵਾ, ਰੱਬ ਮੈਨੂੰ ਕੀ ਦਿੰਦਾ, ਜੇ ਦਿੱਤਾ ਤਾਂ ਹੀ ਕੁਝ ਲਿਆ ਹੈ, ਸਭ ਕੁਝ ਆਪਣੇ ਆਪ 'ਤੇ ਨਿਰਭਰ ਹੋ ਗਿਆ। ਪਾਪ ਪੁੰਨ ਦੇ ਦਾਇਰੇ ਵਿੱਚ ਆਹ ਗੱਲ ਸਮਝਾਈ ਗਈ ਕਿ ਦੇ ਲੈਣਾ ਲੈ ਦੇਣਾ, ਬਸ ਇਸੇ 'ਤੇ ਆਧਾਰਿਤ ਹੀ ਤੈਨੂੰ ਨਰਕ ਜਾਂ ਸਵਰਗ ਮਿਲਣਾ, ਤੈਨੂੰ ਰੱਬ ਵੱਲੋਂ ਕੁਛ ਰਹਿਮਤ ਨਹੀਂ ਹੋਣੀ। ਮਨੁੱਖ ਦੀ ਹਉਮੈ ਆਕਾਸ਼ੀਆਂ 'ਚ ਹੋਈ, ਪਾਪ ਪੁੰਨ ਦੀ ਵਿਚਾਰ ਤਾਂ ਹੋਈ ਤੇ ਗੁਰੂ ਨੇ ਆਖਿਆ ਮੈਂ ਵੀ ਵਿਚਾਰ, ਗੁਰਬਾਣੀ ਵੀ ਵਿਚਾਰ ਕਰਦੀ ਹੈ। ਉਹ ਕੀ ਵਿਚਾਰ ਕਰਦੀ ਹੈ? ਧਰਮ ਕਰੇ ਸੋ ਧਰਮ ਨਾ ਹੋਵੇ, ਪਾਪ ਕਮਾਣੇ ਪਾਪੀ ਜਾਣੀਏ। ਪਰ ਮਸਲਾ ਇਹ ਆ ਗਿਆ ਕਿ ਇਹਨਾਂ 'ਤੇ ਸਮਝਾ ਦਿੱਤਾ, ਕਹਿ ਦਿੱਤਾ, ਜਗਾ ਦਿੱਤਾ ਵੀ ਪਾਪਾਂ ਅਤੇ ਪੁੰਨਾਂ ਦੀ ਵਿਚਾਰ ਹਿਰਦੇ ਵਿੱਚ ਰੱਖ ਲੈ, ਜੇ ਕੁਝ ਦੇਂਗਾ ਤੇ ਲਏਗਾ, ਲਏਗਾ ਤਾਂ ਦੇਂਗਾ, ਰੱਬ ਦਾ ਇਹਦੇ ਵਿੱਚ ਕੋਈ ਫੰਕਸ਼ਨ ਨਹੀਂ। ਪਰ ਗੁਰੂ ਨੇ ਆਖਿਆ ਇਹ ਗੱਲ ਨਾ ਸਮਝਾਈ, ਪਾਪ ਕੀ ਹੈ ਪੁੰਨ ਕੀ ਹੈ ਉਹ ਆਪ ਬ੍ਰਾਹਮਣ ਕਰਦਾ ਰਿਹਾ। ਆ ਦੇਵ ਦੇਸੀਆਂ ਪੁੰਨ ਵਿੱਚ ਸ਼ਾਮਿਲ ਹੋ ਗਈਆਂ ਜਿਹੜੀਆਂ ਪਾਪ ਸਨ। ਪਾਪ ਤੇ ਪੁੰਨ ਦੀ ਵਿਚਾਰ ਨਾ ਹੋ ਸਕੀ। ਇੱਕ ਐਸੇ ਪਾਪ ਨੂੰ ਪੁੰਨ ਦਾ ਨਾਮ ਦੇ ਦਿੱਤਾ ਗਿਆ। ਗੁਰੂ ਨੇ ਬਾਣੀ ਵਿੱਚ ਵੀ ਆਖਿਆ ਅਸਦਾਨ ਗਜਦਾਨ ਸੇਜਾ ਨਾਰੀ ਭੂਮ ਦਾਨ ਐਸੋ ਦਾਨ ਨਿਤ ਨਿਤਾ ਕਹੀ ਜਾ, ਕੋਈ ਫਾਇਦਾ ਨਹੀਂ ਇਹਦਾ। ਪਰ ਬ੍ਰਾਹਮਣ ਉਸਨੂੰ ਪੁੰਨ ਆਖ ਰਿਹਾ ਸੀ।
ਅਤੇ ਲੋਕ ਉਸ ਪੁੰਨ ਨੂੰ ਅਪਣਾ ਕੇ ਪੁੰਨ ਕਰ ਰਹੇ ਸਨ। ਹੁਣ ਨਤੀਜਾ ਇਹ ਨਿਕਲਿਆ ਕਿ ਧਰਮ ਦੇ ਨਾਮ ਥੱਲੇ ਪੁੰਨ ਕਰਨ ਨਾਲ ਵੀ ਇੱਕ ਭਰਮ ਬਣ ਗਿਆ, ਉਹਦੇ ਵਿੱਚ ਮਨੁੱਖ ਉਸ ਭਰਮ ਦੀ ਨੀਂਦ ਵਿੱਚ ਸੌਂ ਗਿਆ। ਲਓ ਅੱਜ ਦੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਸ਼ਬਦ ਵੱਲ ਵਧਣਾ ਚਾਹੁੰਦਾ। ਉਹਦੇ 'ਚ ਤਿੰਨ ਲਫ਼ਜ਼ ਨੇ, ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ, ਪਰ ਤੱਤੇ ਸਾਰ ਨਾ ਜਾਣੀ। ਤੱਤ ਕਹਿੰਦੇ ਨੇ ਅਸਲੀਅਤ ਨੂੰ, ਸੱਚ ਨੂੰ, ਜੋ ਉਹਦੇ ਵਿੱਚ ਭਾਵਨਾਵਾਂ ਛੁਪੀਆਂ ਹੋਣ ਉਹਨੂੰ ਤੱਤ ਕਹਿੰਦੇ ਨੇ। ਜਿਵੇਂ ਫੁੱਲ ਵਿੱਚ ਖੁਸ਼ਬੂ, ਫੁੱਲ ਤੱਤ ਨਹੀਂ, ਉਹਦੇ ਵਿਚਲੀ ਖੁਸ਼ਬੂ ਤੱਤ ਹੈ। ਕਹਿਣਗੇ ਸ਼੍ਰੀਮਦ ਸ਼ਾਸਤਰ ਪੁੰਨ ਪਾਪ ਤਾਂ ਵਿਚਾਰਦੇ ਰਹੇ, ਪਰ ਤੱਤ ਨਾ ਸਮਝ ਸਕੇ ਵੀ ਪੁੰਨ ਕੀ ਹੈ ਅਤੇ ਪਾਪ ਕੀ ਹੈ। ਤੇ ਉਹਦਾ ਨਤੀਜਾ ਕੀ ਹੋਇਆ? ਤੱਤੇ ਸਾਰ ਨਾ ਜਾਣੀ ਗੁਰੂ ਬਾਜੋ। ਭਰਮ ਕਿਹਨੂੰ ਕਹਿੰਦੇ ਨੇ? ਜਿੱਥੇ ਤੱਤ ਦੀ ਪਛਾਣ ਨਾ ਹੋਵੇ ਫਿਰ ਮਨੁੱਖ ਭਰਮ ਵਿੱਚ ਪੈਂਦਾ, ਆ ਪਤਾ ਨਹੀਂ ਕੀ ਹੈ ਕੀ ਨਹੀਂ। ਤੇ ਗੁਰੂ ਕਹਿੰਦੇ ਨੇ ਤੱਤੇ ਸਾਰ ਨਾ ਜਾਣੀ ਗੁਰੂ ਬਾਜੋ, ਤੱਤੇ ਸਾਰ ਨਾ ਜਾਣੀ। ਤੱਤ ਨਾ ਜਾਣ ਸਕਿਆ, ਪਾਪ ਅਤੇ ਪੁੰਨ ਦੀ ਵਿਚਾਰ ਕਰਦਾ ਨਹੀਂ, ਸਾਰ ਨਾ ਜਾਣ ਸਕਿਆ। ਅਤੇ ਹੁਣ ਅਗਲੇ ਪਾਸੇ ਇੱਕ ਲਫ਼ਜ਼ ਨੇ, ਉਹਦਾ ਨਤੀਜਾ ਕੀ ਨਿਕਲਿਆ? ਕਿ ਹਰ ਪੁੰਨ ਇੱਕ ਭਰਮ ਬਣ ਗਿਆ, ਅੱਜ ਵੀ ਹੈ, ਅੱਜ ਵੀ ਹੈ। ਅਖੰਡ ਪਾਠ ਕਰਾਵਾਂ, ਪਾਠੀਆਂ ਨੂੰ ਭੇਟਾ ਦਿਆਂ ਅਤੇ ਉਹ ਪਾਠ ਕਰਨ, ਮੈਂ ਸੁਣਾ ਨਾ ਸੁਣਾ, ਉਹ ਜਿਹੜੀ ਭੇਟਾ ਦਿੱਤੀ ਹੈ ਉਹਦੇ ਬਦਲੇ ਵਿੱਚ ਉਹ ਕੀਤਾ ਹੋਇਆ ਪਾਠ ਮੇਰੇ ਕੋਲ ਵੇਚ ਜਾਣ, ਮੈਂ ਖਰੀਦ ਲਵਾਂ। ਇਹਨੂੰ ਪੁੰਨ ਆਖੋਗੇ ਜਾਂ ਪਰਮ ਆਖੋਗੇ? ਉਹ ਭਲੇ ਗੁਰੂ ਅਮਰਦਾਸ ਪਾਤਸ਼ਾਹ ਜੋ ਕੁਝ ਲਿਖਦੇ ਨੇ ਉਹਦੇ ਵਿੱਚ ਸੱਚਾਈ ਦੇ, ਅਸੀਂ ਮੈਂ ਹੈਰਾਨ ਹੁੰਦਾ ਤੇ ਇਹ ਵਿਚਾਰ ਕਰਨਾ ਕਿ ਆਨੰਦ ਸਾਹਿਬ ਦੀਆਂ 40 ਪੌੜੀਆਂ ਨੇ, 40 ਪੌੜੀਆਂ ਨੇ, ਅਸੀਂ ਆਪਣੀ ਸੁਖੈਨਤਾ ਲਈ, ਕਿਉਂਕਿ ਆਨੰਦ ਸ਼ਬਦ ਸਾਨੂੰ ਬੜਾ ਚੰਗਾ ਲੱਗਾ, ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ, ਆਨੰਦ ਖੁਸ਼ੀ ਦਾ ਨਾਂ, ਆਨੰਦ ਸ਼ਬਦ ਚੰਗਾ ਲੱਗਾ, ਇਸ ਲਈ ਅਸੀਂ ਅਪਣਾ ਲਿਆ ਵੀ ਰੋਜ਼ ਪੜ੍ਹਨਾ। ਪਰ ਰੋਜ਼ ਪੜ੍ਹਨ ਵੇਲੇ ਸਾਡੀਆਂ ਮੁਸ਼ਕਲਾਂ ਆ ਗਈਆਂ ਵੀ 40 ਪੌੜੀਆਂ ਰੋਜ਼ ਕਿਵੇਂ ਪੜ੍ਹਾਂਗੇ, ਚਲੋ 5 ਪੌੜੀਆਂ ਹੀ ਕਰ ਲਓ, 6 ਪੌੜੀਆਂ ਹੀ ਕਰ ਲਓ। ਮਨੁੱਖ ਧਰਮ ਨੂੰ ਆਪਣੀ ਸੁਖੈਨਤਾ ਲਈ ਆਪਣੀ ਮਰਜ਼ੀ ਨਾਲ ਵਰਤ ਰਿਹਾ ਹੈ, ਕੀ
ਇਸੇ ਆਨੰਦ ਸਾਹਿਬ ਵਿੱਚ ਇਹ ਨਹੀਂ ਕਿ ਇਹ ਸਰੀਰ ਆ ਮੇਰੇ ਇਸ ਯੁੱਗ ਮੈਂ ਆ ਕੇ ਕਿਹਾ ਤੁਹਾਨੂੰ ਕਰਮ ਕਮਾਇਆ ਇਹਦੀ ਲੋੜ ਨਹੀਂ। ਇਸੇ ਆਨੰਦ ਸਾਹਿਬ ਵਿੱਚ ਇਹ ਨਹੀਂ ਕਿ ਇਹ ਸੱਚਾ ਸੋਹਲਾ ਸੱਚੇ ਘਰ ਗਾਵੋ ਗਾਵੋ ਤਾਂ ਸੋਹਲੇ ਘਰ ਸੱਚੇ ਜਿੱਥੇ ਸਦਾ ਸੱਚ ਦੇ ਆਵੇ। ਇਹ ਮਨ ਮੇਰੇ ਆ ਤੂੰ ਸਦਾ ਸਰ ਸੰਭਾਲੇ ਇਹ ਕੁਟਾਮ ਜੋ ਤੂੰ ਤੂੰ ਜੋ ਦੇਖਦਾ ਚੱਲੇ ਨਾ ਤੇਰੇ ਨਾਲ ਇਹ ਵੀ ਤਾਂ ਇਸੇ ਆਨੰਦ ਸਾਹਿਬ ਵਿੱਚ ਕਿ ਇਹ ਸਮਝਣ ਦੀ ਲੋੜ ਨਹੀਂ। ਪਰ ਅਸੀਂ ਸਾਨੂੰ ਸਿਰਫ ਆਨੰਦ ਚਾਹੀਦਾ ਹੈ। ਅਸੀਂ ਧਰਮ ਨੂੰ ਭਰਮ ਦਾ ਰੂਪ ਕਿਵੇਂ ਦਿੱਤਾ ਹੈ? ਅੱਜ ਦਾ ਸ਼ਬਦ ਤੁਹਾਡੇ ਨਾਲ ਸਾਂਝਾ ਕਰਨਾ ਉਸ ਆਨੰਦ ਸਾਹਿਬ ਵਿੱਚੋਂ ਹੈ ਅਤੇ ਜਿਹਦੇ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਤੱਤੇ ਸਾਰ ਨਾ ਜਾਣੀ ਬਾਜੋ ਤੱਤੇ ਸਾਰ ਨਾ ਜਾਣੀ ਤੇਹੀ ਗੁਣੀ ਸੰਸਾਰ ਭਰਮ ਸੁੱਤਾ। ਜਿੰਨੀ ਦੇਰ ਭਰਮ ਹੈ ਇਹੋ ਨੀਂਦ ਹੈ। ਲੋ ਰਾਤ ਵਾਲੇ ਸ਼ਬਦ ਦਾ ਮਤਲਬ ਜਗਾਉਣਾ ਕੀ ਹੈ? ਭਰਮ ਵਿੱਚੋਂ ਕੱਢਣਾ, ਤੱਤ ਸਮਝਾਉਣਾ। ਬਸ ਜਿਸ ਦਿਨ ਤੱਤ ਕੋਈ ਸਮਝ ਗਿਆ ਸਮਝ ਲਓ ਜਾਗ ਪਿਆ, ਜਿਸ ਦਿਨ ਅਸਲੀਅਤ ਜਾਣ ਗਿਆ ਮੇਰੇ ਅੱਜ ਸਾਡੇ ਚੁਗਿਰਦੇ ਦੇਖੀਏ ਤਾਂ ਭਰਮ ਜ਼ਿਆਦਾ ਨੇ ਜਿਨ੍ਹਾਂ ਵਿੱਚ ਅਸੀਂ ਜੀਉ ਰਹੇ ਹਾਂ। ਜਿਸ ਦਿਨ ਸੱਚ ਸਮਝ ਪਿਆ ਜਾਗ ਲਿਆ ਮਨੁੱਖ ਭਰਮ ਵਿੱਚ ਸੁੱਤਾ ਹੈ, ਭਰਮ ਵਿੱਚ ਸੁੱਤਾ ਹੈ। ਸਤਿਗੁਰੂ ਨੇ ਬਾਣੀ ਅੰਦਰ ਇੱਕ ਹੋਰ ਸਮੇਂ ਬੜੀ ਖੂਬਸੂਰਤ ਗੱਲ ਆਖੀ, ਕਹਿਣ ਲੱਗੇ ਤੇਹੀ ਗੁਣੀ ਸੰਸਾਰ ਭਰਮ ਸੁੱਤਾ ਭਰਮ ਸੁੱਤਾ ਸੁੱਤਿਆ ਰਹਿਣ ਵਿਹਾੜੀ। ਜੀਵਨ ਇੱਕ ਰਾਤ ਹੈ, ਰਾਤ ਬੀਤ ਗਈ ਸੁੱਤਿਆਂ ਦੀ, ਭਰਮ ਵਿੱਚ ਸੌਂ ਗਿਆ। ਸੋ ਭਰਮ ਮੈਂ ਸੋਈ ਸਗਲ ਜਗਤ ਗੁਰਬਾਣੀ ਹੈ, ਸਾਰਾ ਸੰਸਾਰ ਭਰਮ ਵਿੱਚ ਸੁੱਤਾ ਹੋਇਆ ਹੈ। ਭਰਮ ਮੈਂ ਸੋਈ ਸਗਲ ਜਗਤ ਤੰਦ ਅੰਧ ਕੋ ਜਾਗੇ ਹਾਰ ਜਾਣ, ਗੁਰਬਾਣੀ ਦੀ ਤੁੱਕ ਹੈ। ਕਹਿੰਦੇ ਨੇ ਕੋਈ ਬਿਰਲਾ ਜਾਗਦਾ ਹੈ, ਦੁਨੀਆ ਧਰਮ ਸਮਝ ਕੇ ਭਰਮ ਦੇ ਅੰਧੇਰੇ ਵਿੱਚ ਹੀ ਸੁੱਤੀ ਹੋਈ ਹੈ ਅਗਿਆਨਤਾ। ਜੋ ਕੁਛ ਧਰਮ ਸਮਝ ਕੇ ਕਰ ਰਹੀ ਹੈ ਉਹ ਧਰਮ ਨਹੀਂ। ਜੈ ਜਾਣਸ ਬਰਮੰ ਕਰਮੰ ਸਭ ਫੋਕਟ ਨਿਸਚੋ ਕਰਮੰ। ਉਹ ਫੋਕਟ ਕਰਮ ਨੂੰ ਧਰਮ ਸਮਝ ਕੇ ਭਰਮ ਦੇ ਆਧਾਰ 'ਤੇ ਸੁੱਤੀ ਹੋਈ ਦੁਨੀਆ ਅਗਿਆਨਤਾ ਵਿੱਚ, ਕਿਉਂਕਿ ਅਗਿਆਨਤਾ ਇੱਕ ਨੀਂਦ ਹੈ। ਚਲੋ ਮੈਂ ਜ਼ਰਾ ਇੱਥੇ ਵੀ ਖਲੋਣਾ ਚਾਹੁੰਦਾ। ਗੁਰਬਾਣੀ ਨੇ ਬੜੀਆਂ ਡੀਪ ਗੱਲਾਂ ਕੀਤੀਆਂ ਨੇ। ਕਹਿਣ ਲੱਗੇ ਨਹੀਂ ਇੱਕ ਪੱਖ ਨਹੀਂ ਸਾਰੇ ਪੱਖ ਵਿਚਾਰੋ, ਨੀਂਦ ਵੀ ਇੱਕ ਤਰ੍ਹਾਂ ਦੀ ਨਹੀਂ। ਗੁਰਬਾਣੀ ਅਨੁਸਾਰ ਕਹਿਣ ਲੱਗੇ ਜਾਗਤ ਸੋਵਤ ਬੋ ਪ੍ਰਕਾਰ,
ਮੈਨੂੰ ਤਾਂ ਇਹ ਵੀ ਨਹੀਂ ਪਤਾ ਵੀ ਬੜੀ ਤਰ੍ਹਾਂ ਦੀ ਨੀਂਦ ਹੈ। ਇੱਕ ਖਿਆਲ ਕਰਿਓ, ਹਰ ਨੀਂਦ ਵਿੱਚ ਜਗਾਉਣ ਵਾਲਾ ਵੀ ਵੱਖਰੀ ਕਿਸਮ ਦਾ ਹੈ। ਸਾਨੂੰ ਗੁਰਬਾਣੀ ਵਿੱਚੋਂ ਬਹੁਤ ਕੁਝ ਮਿਲਦਾ ਹੈ। ਹੁਣੇ ਹੀ ਹਰ ਪੱਖ ਨੂੰ ਦੇਖਣਾ ਹੈ। ਵੀਰ ਜੀ ਸ਼ਬਦ ਪੜ੍ਹ ਰਹੇ ਸਨ, ਸਾਹਮਣਾ ਆਇਆ ਸਖੀ ਜਲ ਹਰ ਬਰਸਨ ਹਾਰ। ਨਾਨਕ ਸੁੱਖ ਸਵਨ ਸੁਹਾਗਣੇ ਜਿਨ ਸਹਿ ਨਾਲ ਪਿਆਰ, ਅਤੇ ਗੁਰੂ ਸੱਚੇ ਪਾਤਸ਼ਾਹ ਨੇ ਆਖਿਆ ਕਹਿੰਦੇ ਦੂਜੇ ਪੱਖ ਵੀ ਨਾਲ ਦੇਖਣੇ। ਗੁਰਬਾਣੀ ਹੈ, ਕਹਿਣ ਲੱਗੇ ਨਾਨਕ ਸਾਵਣ ਜੇ ਵਸੇ ਚੋਂ ਉਮਾਹਾ ਹੋਏ। ਹਰ ਪੱਖ ਨੂੰ ਗੁਰਬਾਣੀ ਸਮਝ ਕਹਿੰਦੇ ਸਾਵਣ ਜੇ ਭਲਾ ਵਸਦਾ ਤੇ ਚਾਰ ਜੀਵ ਬੜੇ ਖੁਸ਼ ਹੁੰਦੇ ਨੇ। ਨਾਨਕ ਸਾਵਣ ਜੇ ਵਸੇ ਚੋਂ ਉਮਾਹਾ ਹੋਏ, ਖੁਸ਼ੀ ਮਿਲਦੀ। ਉਹ ਕਿਹੜੇ ਨੇ? ਨਾਗਾਂ, ਮਿਰਗਾਂ, ਮੱਛੀਆਂ, ਰਸੀਆਂ, ਘਰ ਧਨ ਹੋਏ। ਨਾਗ ਮਿਰਗ ਉਹਨਾਂ ਲਈ ਪਾਣੀ ਮਿਲ ਜਾਂਦਾ, ਇਕੱਠਾ ਹੋ ਜਾਂਦਾ, ਕਿਤੇ ਜੰਗਲਾਂ ਵਿੱਚ ਰਹਿੰਦੇ ਨੇ, ਪਾਣੀ ਦਾ ਸੋਰਸ ਕੋਈ ਨਹੀਂ ਹੁੰਦਾ, ਬੜਾ ਆਸਾਨੀ ਨਾਲ ਮਿਲ ਜਾਂਦਾ। ਅਤੇ ਮੱਛੀਆਂ ਦਾ ਜੀਵਨ ਹੀ ਪਾਣੀ, ਉਹਨਾਂ ਨੂੰ ਵੀ ਮਿਲ ਜਾਂਦਾ। ਅਤੇ ਰਸੀਏ ਲੋਕ ਜਿਹੜੇ ਨੇ, ਐਸ਼ ਪ੍ਰਸਤ ਲੋਕ, ਉਹ ਵੀ ਜਦੋਂ ਬਾਰਿਸ਼ਾਂ ਦੇ ਦਿਨ ਹੋਣ ਉਹਨਾਂ ਦੇ ਘਰ ਧਨ ਹੁੰਦਾ, ਉਹਨਾਂ ਕਿਹੜਾ ਬਾਹਰ ਮਜ਼ਦੂਰੀ ਕਰਨ ਜਾਣਾ, ਉਹ ਉਸ ਧਨ ਘਰ ਦੇ ਧਨ ਨਾਲ ਐਸ਼ ਕਰਦੇ ਨੇ, ਉਹ ਵੀ ਖੁਸ਼ ਹੁੰਦੇ ਨੇ। ਚਲੋ ਘਰ ਰਹਿਣ ਦਾ ਚਾਂਸ ਤਾਂ ਮਿਲਿਆ, ਹੁਣ ਕਾਰੋਬਾਰ ਤਾਂ ਬੰਦ ਰਹੇ, ਦੁਕਾਨ 'ਤੇ ਕਿਸੇ ਗਾਹਕ ਨੇ ਤਾਂ ਉਹਨਾਂ ਨੇ ਚਲੋ ਅੱਜ ਦੁਕਾਨ 'ਤੇ ਛੁੱਟੀ ਕਰੋ, ਘਰ ਰਹੋ। ਰਸੀਆਂ ਘਰ ਧਨ ਹੋਏ। ਅਤੇ ਕਹਿਣ ਲੱਗੇ ਨਹੀਂ ਸਾਰੇ ਖੁਸ਼ ਵੀ ਨਹੀਂ ਹੁੰਦੇ। ਨਾਨਕ ਸਾਵਨ ਜੇ ਵਸੇ ਚੋਂ ਵਿਛੋੜਾ ਹੋਏ, ਉੱਥੇ ਉਮਾਹਾ ਇੱਥੇ ਵਿਛੋੜਾ, ਕਿਉਂਕਿ ਹਰ ਪੱਖ ਨੂੰ ਗੁਰਬਾਣੀ ਛੋਂਦੀ ਹੈ। ਨਾਨਕ ਸਾਵਨ ਜੇ ਵਸੇ ਚੋਂ ਵਿਛੋੜਾ ਹੋਏ, ਉਹ ਚਾਰ ਕਿਹੜੇ ਨੇ? ਕਹਿਣ ਲੱਗੇ ਉਹ ਹਨ ਚਾਰ, ਨਾਨਕ ਸਾਵਨ ਜੇ ਵਸੇ ਚੋਂ ਵਿਛੋੜਾ ਹੋਏ, ਗਾਈ ਪੁੱਤਾਂ, ਨਿਰਧਨਾ, ਪੰਥੀ, ਚਾਕਰ ਹੋਏ। ਇਹ ਚਾਰ ਜਿਹੜੇ ਨੇ, ਗਾਈ ਪੁੱਤ ਭਾਵ ਜਿਹੜੇ ਜੰਗਲਾਂ ਵਿੱਚ ਬਲਦ ਜਾਨਵਰਾਂ ਨੂੰ ਚਾਰਨ ਜਾਂਦੇ ਨੇ, ਉਹ ਛੁੱਟੀ ਕਰਦੇ ਨੇ, ਬਾਰਿਸ਼ ਪੈਂਦੀ ਪਈ ਹੈ, ਕਿੱਥੇ ਚਾਰਾਂਗੇ, ਘਾਹ ਵੀ ਗਿੱਲਾ ਹੋ ਗਿਆ। ਜਿਹੜੇ ਵੱਗ ਛੇੜਦੇ ਨੇ, ਪੰਜਾਬ ਦੇ ਵੀਰ ਜਾਣਦੇ ਨੇ, ਜਿਹੜੇ ਵੱਗ ਛੇੜ ਕੇ ਜੰਗਲਾਂ ਵਿੱਚ ਚਾਰਨ ਜਾਂਦੇ ਨੇ, ਉਹ ਬਾਰਿਸ਼ਾਂ ਦੇ ਦਿਨਾਂ ਵਿੱਚ ਨਹੀਂ ਜਾ ਸਕਦੇ, ਨਹੀਂ ਜਾਂਦੇ, ਗਾਈ ਪੁੱਤਾਂ। ਅਤੇ ਨਿਰਧਨ ਜਿਹੜੇ ਗਰੀਬ ਨੇ ਵਿਚਾਰੇ, ਰੋਜ਼ ਰੋਜ਼ੀ ਕਮਾਉਣ ਲਈ ਮਜ਼ਦੂਰੀ ਕਰਦੇ ਨੇ, ਉਹ ਵਿਚਾਰਿਆਂ ਦੀ ਮਜ਼ਦੂਰੀ ਨਹੀਂ ਹੋ ਸਕਦੀ, ਕਿਉਂਕਿ ਘਰ ਬੈਠੇ ਨੇ, ਬਾਹਰ ਤਾਂ ਬਾਰਿਸ਼ ਪੈ ਰਹੀ। ਗਾਈ ਪੁੱਤਾਂ, ਨਿਰਧਨਾ, ਪੰਥੀ ਜਿਹੜੇ ਮੁਸਾਫਰ ਨੇ, ਉਹਨਾਂ ਨੇ ਦਾ ਸਫ਼ਰ ਰੁਕ ਗਿਆ, ਬਾਰਿਸ਼ ਪੈਂਦੀ ਪਈ, ਕਿੱਥੇ ਜਾਵਾਂਗੇ, ਅੱਜ ਵਾਲੇ ਸਾਧਨ ਤਾਂ ਹੁੰਦੇ ਹੀ ਨਹੀਂ ਮੇਰੇ। ਪੰਥੀ ਅਤੇ ਚਾਕਰ ਹੋਏ, ਜਿਹੜਾ ਗੁਲਾਮ ਹੈ, ਚਾਕਰ ਹੈ, ਉਹਨੂੰ ਤਾਂ ਬਾਰਿਸ਼ ਵਿੱਚ ਵੀ ਪੈਂਦੀ ਹੋਈ ਬਾਰਿਸ਼ ਬਾਹਰ ਗਲੀਆਂ ਵਿੱਚ ਚਿੱਕੜ ਹੋਵੇ, ਅਤੇ ਉਹਨੂੰ ਹੁਕਮ ਮਾਲਕ ਕਰ ਦੇਵੇ ਕਿ ਫਲਾਣੀ ਥਾਂ ਤੋਂ ਉਹ ਚੀਜ਼ ਲੈ ਕੇ ਆ,
ਉਹ ਵਿਚਾਰਾ ਬੱਝਿਆ ਹੋਇਆ ਚਾਕਰ ਹੈ, ਗੁਲਾਮ ਹੈ, ਜਾਂਦਾ। ਕਹਿਣ ਲੱਗੇ ਇਹ ਬਾਰਿਸ਼ ਜਿਹੜੀ ਹੈ, ਇਹ ਸਾਵਣ ਜਿਹੜਾ ਜੇ ਚੌਂ ਨੂੰ ਖੁਸ਼ ਕਰਦਾ ਅਤੇ ਚੌਂ ਲਈ ਦੁੱਖਾਂ ਦਾ ਕਾਰਨ ਵੀ ਬਣ ਜਾਂਦਾ ਹੈ ਹਰ ਪੱਖ। ਕਹਿਣ ਲੱਗੇ ਇਸੇ ਤਰ੍ਹਾਂ ਨੀਂਦ ਵੀ ਪਰਖਣੀ ਹੈ, ਨੀਂਦ ਦੇ ਵੀ ਬੜੇ ਰੂਪ ਨੇ, ਮੈਂ ਉਧਰ ਵਧਣਾ ਚਾਹੁੰਦਾ। ਸਤਿਗੁਰੂ ਬਾਣੀ ਵਿੱਚ ਕਹਿੰਦੇ ਨੇ ਜਾਗਤ ਸੋਵਤ ਬੋ ਪਰਕਾਰ, ਗੁਰਮੁਖ ਜਾਗੇ ਸੋਈ ਸਾਰ। ਜਾਗਣਾ ਅਤੇ ਸੌਣਾ ਵੀ ਬਹੁਤ ਪ੍ਰਕਾਰ ਦਾ ਹੈ। ਇੱਕ ਉਹ ਨੀਂਦ ਹੈ ਜਿਹੜੀ ਅਸੀਂ ਰੋਜ਼ ਲੈਂਦੇ ਹਾਂ, ਇਸ ਨੀਂਦ ਵਿੱਚੋਂ ਸਾਨੂੰ ਕੋਈ ਵੀ ਜਗਾ ਸਕਦਾ। ਜ਼ਰਾ ਕਾਹਟ ਹੋਏ ਘਰ ਦਾ ਜੀ ਨੂੰ ਜ਼ਰਾ ਆ ਕੇ ਹਿਲਾ ਦੇਵੇ, ਆਖੇ ਜਾਗ, ਮਨੁੱਖ ਜਾਗ ਪੈਂਦਾ, ਕੋਈ ਵੀ ਜਗਾ ਸਕਦਾ। ਇੱਕ ਇਸ ਤੋਂ ਅਗਲੀ ਨੀਂਦ ਹੈ, ਉਹ ਹੈ ਬੇਹੋਸ਼ੀ ਦੀ ਨੀਂਦ। ਕੋਈ ਆਦਮੀ ਸਰੀਰ ਕਰਕੇ ਬੇਹੋਸ਼ ਹੋ ਜਾਏ, ਹਿਲਾਇਆ ਜਾਗੇ ਨਾ, ਘਰ ਦਾ ਜੀ ਜਗਾਏ ਨਾ ਜਾਗੇ, ਦੋ ਚਾਰ ਵਾਰ ਹਿਲਾਏ ਨਾ ਜਾਗੇ, ਉਹ ਸਮਝਦਾ ਬੇਹੋਸ਼ ਹੋ ਗਿਆ। ਫਿਰ ਉਹਨੂੰ ਜਗਾਉਣ ਲਈ ਉਸੇ ਵਕਤ ਡਾਕਟਰ ਨੂੰ ਫੋਨ ਕਰਦਾ। ਉਹਨੂੰ ਪਤਾ ਹੈ ਕਿ ਇਹਨੂੰ ਮੈਂ ਨਹੀਂ ਜਗਾ ਸਕਿਆ, ਇਸ ਬੇਹੋਸ਼ੀ ਦੀ ਨੀਂਦ ਤੋਂ ਡਾਕਟਰ ਜਗਾਏਗਾ। ਉਹ ਆ ਕੇ ਕੋਈ ਇੰਜੈਕਸ਼ਨ ਲਗਾਉਂਦਾ, ਨੀਂਦ ਬਦਲ ਗਈ ਨਾ। ਪਹਿਲੀ ਨੀਂਦ 'ਤੇ ਹਰ ਕੋਈ ਜਗਾ ਸਕਦਾ ਸੀ, ਦੂਜੀ ਨੀਂਦ ਬਦਲੀ ਬੇਹੋਸ਼ੀ ਦੀ, ਅਤੇ ਉਹਦੇ ਵਿੱਚ ਹੁਣ ਡਾਕਟਰ ਹੀ ਜਗਾ ਸਕਦਾ। ਇੱਕ ਤੀਜੀ ਨੀਂਦ ਹੈ, ਜਿੰਦਾ ਜ਼ਿਕਰ ਰਾਤ ਵੀ ਆਇਆ ਸੀ, ਕਬੀਰ ਸੂਤਾ ਕਿਆ ਕਰੇ, ਉੱਠ ਕੇ ਨਾ ਜਪੇ ਮੁਰਾਰ, ਇੱਕ ਦਿਨ ਸੋਵਣ ਹੋਏਗਾ ਲਾਂਬੇ ਗੋਂਡ ਪਸਾਰ। ਉਹਨੂੰ ਮੌਤ ਆਖਦੇ ਨੇ, ਅਤੇ ਹਿੰਦੂ ਸਾਡੀ ਬੋਲੀ ਵਿੱਚ, ਮਨੁੱਖੀ ਬੋਲੀ ਵਿੱਚ ਅਸੀਂ ਉਹਨੂੰ ਸਦਾ ਦੀ ਨੀਂਦ ਆਖਦੇ ਹਾਂ, ਉਹਨੂੰ ਵੀ ਨੀਂਦ ਆਖਦੇ ਹਾਂ। ਉਹ ਭਲੇ ਬਾਣੀ ਨੂੰ ਵਿਚਾਰੀਏ ਬੜਾ ਸਵਾਦ ਆਉਂਦਾ। ਕਹਿੰਦੇ ਨੇ ਤੀਜੀ ਨੀਂਦ ਉਹ ਹੈ ਜਿਹਨੂੰ ਮੌਤ ਆਖਦੇ ਨੇ। ਪਰ ਇਹ ਮਤ ਸਮਝੋ ਕਿ ਇਹਦਾ ਡਾਕਟਰ ਕੋਈ ਨਹੀਂ। ਅਸੀਂ ਸਮਝਦੇ ਹਾਂ ਵੀ ਜਿਹੜਾ ਇਹ ਨੀਂਦ ਹੈ ਇਹਦੇ ਵਿੱਚ ਨੂੰ ਕੋਈ ਵੀ ਨਹੀਂ ਜਗਾ ਸਕਦਾ, ਨਾ ਡਾਕਟਰ ਜਗਾ ਸਕਦਾ, ਨਾ ਘਰ ਦਾ ਕੋਈ ਜੀ ਜਗਾ ਸਕਦਾ। ਪਰ ਗੁਰੂ ਨੇ ਬਾਣੀ ਵਿੱਚ ਆਖਿਆ ਇਹਦੇ ਵਿੱਚੋਂ ਵੀ ਕੋਈ ਜਗਾ ਸਕਦਾ। ਅਸੀਂ ਪੜ੍ਹਨੇ ਹਾਂ ਪ੍ਰਭ ਬਹਾਵੇ, ਪ੍ਰਭ ਬਹਾਵੇ ਬਿਨ ਸਾਸ ਤੇ ਰੱਖੇ, ਉਹ ਚਾਹੇ ਤਾਂ ਰੱਖ ਸਕਦਾ। ਬਲਕਿ ਗੁਰਬਾਣੀ ਅੰਦਰ ਇੱਕ ਥਾਂ 'ਤੇ ਬੜੀ ਖੂਬਸੂਰਤ ਗੱਲ ਆਖੀ, ਕਹਿਣ ਲੱਗੇ ਜੇਤੇ ਜੀ ਜੀਵੇਂ ਲੈ ਸਾਹਾ। ਗੁਰਬਾਣੀ ਜਿੰਨੇ ਜੀ ਜੀਵ ਨੇ ਉਹ ਸਾਹ ਲੈ ਕੇ ਜਿਉਂਦੇ ਨੇ, ਸਾਹ ਲੈ ਕੇ ਜਿਉਂਦੇ। ਜੇ ਸਾਹ ਰੁਕ ਜਾਏ ਮਰਿਆ ਸਮਝਦੇ ਨੇ, ਗੁਰਬਾਣੀ ਦੀ ਤੁੱਕ ਹੈ। ਕਹਿੰਦੇ ਨੇ ਜੇਤੇ ਜੀ ਜੀਵੇਂ ਲੈ ਸਾਹਾ, ਜਵਾਲੇ ਤਾਂਕੇ ਅਸਾਹਾ। ਜੇ ਰੱਬ ਜਗਾ
ਜਵਾਲਣਾ ਚਾਹੇ ਤੇ ਬਿਨਾਂ ਸਾਹਾਂ ਤੋਂ ਅਸਾਹ ਹੀ ਜਗਾ ਸਕਦਾ ਹੈ, ਰੱਖ ਸਕਦਾ ਹੈ। ਉਸ ਨੀਂਦ ਦਾ ਜਗਾਉਣ ਵਾਲਾ ਮੇਰਾ ਪ੍ਰਭੂ ਹੈ। ਤੇ ਇੱਕ ਨੀਂਦ ਹੋਰ ਹੈ ਜਿਹਦਾ ਅੱਜ ਜ਼ਿਕਰ ਹੈ, ਚੌਥੀ ਨੀਂਦ, ਉਹ ਹੈ ਅਗਿਆਨਤਾ ਦੀ ਨੀਂਦ। ਮਨੁੱਖ ਸਾਹ ਵੀ ਲੈਂਦਾ ਹੈ, ਕਾਰੋਬਾਰ ਵੀ ਕਰਦਾ ਹੈ, ਦੁਨੀਆਂ ਵਿੱਚ ਵੀ ਰਹਿੰਦਾ, ਪਰ ਜਾਣਦਾ ਕੁਝ ਨਹੀਂ, ਕਰੀ ਵੀ ਜਾਂਦਾ ਜਾਣਦਾ ਕੁਝ ਨਹੀਂ, ਅਣਜਾਣ ਵੀ ਕਰੀ ਜਾਂਦਾ, ਉਹ ਹੈ ਅਗਿਆਨਤਾ ਦੀ ਨੀਂਦ। ਗੁਰੂ ਨੇ ਬਾਣੀ ਵਿੱਚ ਇਹ ਗੱਲ ਵੀ ਸਪਸ਼ਟ ਕਹਿੰਦੀ, ਕਹਿਣ ਲੱਗੀ ਉਹ ਅਗਿਆਨਤਾ ਦੀ ਨੀਂਦ ਵਿੱਚ ਜਿਹੜੀ ਹੈ ਨਾ, ਉਹ ਕੋਈ ਮਨੁੱਖ ਉਸਨੂੰ ਜਗਾ ਸਕਦਾ ਹੈ, ਈਵਨ ਰੱਬ ਵੀ ਨਹੀਂ ਜਗਾ ਸਕਦਾ, ਕਿਉਂਕਿ ਅਗਿਆਨਤਾ ਨੂੰ ਜਗਾਉਣ ਵਾਸਤੇ ਗਿਆਨ ਚਾਹੀਦਾ, ਗਿਆਨ ਗੁਰੂ ਕੋਲ ਹੈ, ਗਿਆਨ ਦਾ ਖਜ਼ਾਨਾ ਗੁਰੂ ਕੋਲ ਸੌਂਪਦਾ। ਕੁੰਭੇ ਬੱਧਾ ਰਹੇ ਜਲ ਰਹੇ ਜਲ ਬਿਨ ਕੁੰਭ ਨਾ ਹੋਏ, ਅਸੀਂ ਰੋਜ਼ ਪੜ੍ਹਦੇ ਹਾਂ, ਗਿਆਨ ਕ ਬੱਧਾ ਮਨ ਰਹੇ ਗੁਰ ਬਿਨ ਗਿਆਨ ਨਾ ਹੋਏ, ਗੁਰੂ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਸਤਿਗੁਰੂ ਨੇ ਬਾਣੀ ਵਿੱਚ ਵੀ ਆਖਿਆ, ਕਹਿਣ ਲੱਗੇ ਅਗਿਆਨ ਲਾਏ ਸਵਾਲੀਆ, ਗੁਰਬਾਣੀ ਕਈ ਐਸੇ ਫੈਸਲੇ ਨੇ ਗੁਰਬਾਣੀ ਵਿੱਚ ਜਿਹੜੇ ਛੁਪੇ ਨੇ, ਅਸੀਂ ਪੜ੍ਹਦੇ ਨਹੀਂ, ਖੋਜਦੇ ਨਹੀਂ। ਗੁਰੂ ਕਹਿੰਦੇ ਨੇ ਅਗਿਆਨ ਲਾਏ ਸਵਾਲਿਆ, ਅਗਿਆਨ ਨਾਲ ਮਨੁੱਖ ਸੌਂ ਗਿਆ, ਨੀਂਦ ਆ ਗਈ ਭਰਮ ਵਿੱਚ, ਤ੍ਰੈ ਗੁਣੀ ਸੰਸਾਰ ਭਰਮ ਸੁੱਤਾ, ਅਗਿਆਨ ਲਾਏ ਸਵਾਲਿਆ, ਗੁਰ ਗਿਆਨੇ ਲਾਏ ਜਗਾਵੇ ਗੋ, ਗੁਰਬਾਣੀ ਦੀ ਤੁਕ ਹੈ। ਗੁਰੂ ਗਿਆਨ ਲਾ ਕੇ ਅਗਿਆਨਤਾ ਵਾਲੇ ਨੂੰ ਜਗਾਉਂਦਾ ਹੈ, ਅਗਿਆਨ ਲਾਏ ਸਵਾਲਿਆ, ਗੁਰ ਗਿਆਨੇ ਲਾਏ ਜਗਾਵੇ ਗੋ, ਉਹ ਜਗਾਉਂਦਾ ਹੈ। ਇਸੇ ਲਈ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਵੀ ਇਹ ਗੱਲ ਕਹਿ ਦਿੱਤੀ, ਕਹਿਣ ਲੱਗੇ ਗੁਰ ਕਿਰਪਾ ਤੈਸੇ ਜਨ ਜਾਗੇ, ਗੁਰ ਕਿਰਪਾ ਤੈਸੇ ਜਨ ਜਾਗੇ, ਜਿੰਨਾ ਹਰ ਮਨ ਵਸਿਆ। ਇੱਥੇ ਫਿਰ ਰਾਤ ਆਇਆ, ਪਹਿਲੇ ਵੀ ਰਾਤ ਆ ਚੁੱਕੀ ਹੈ ਲਫ਼ਜ਼ ਨੇ, ਤੇਹੀ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਵਿਹਾਰੀ, ਉੱਥੇ ਸੁੱਤਿਆਂ ਰਾਤ ਬੀਤ ਕੇ ਤੇ ਇੱਥੇ ਕੀ ਹੈ, ਕਹੇ ਨਾਨਕ ਸੋ ਤੱਤ ਪਾਏ, ਜਿਸਨੂੰ ਅਣਦਿਨ ਹਰ ਲਾਗੇ, ਜਾਗਤ ਰਹਿਣ ਵਿਹਾਣੀ, ਉੱਥੇ ਸੁੱਤਿਆਂ ਰਹਿਣ ਵਿਹਾਣੀ, ਇੱਥੇ ਜਾਗਤ ਇੱਕੋ ਪੌੜੀ ਹੈ। ਇਹਦੇ ਵਿੱਚ ਦੋਨੋਂ ਪੱਖ ਦਿੱਤੇ, ਕਹਿਣ ਲੱਗੇ ਇੱਕੋ ਤਰੀਕਾ ਹੈ ਕਿ ਤੈਨੂੰ ਇਸ ਅਗਿਆਨਤਾ ਦੀ ਨੀਂਦ ਤੋਂ ਜਗਾਉਣ ਵਾਲਾ ਕੋਈ ਸੰਬੰਧ ਜੁੜ ਜਾਏ, ਕਰਾਂ ਕੀ
ਜਦੋਂ ਕੋਈ ਸਬਜੈਕਟ ਚੱਲਦਾ ਹੈ ਅੱਗੇ ਦੀ ਅੱਗੇ ਅੱਗੇ ਦੀ ਅੱਗੇ ਦਰਵਾਜ਼ੇ ਖੁੱਲ੍ਹਦੇ, ਹੁਣ ਦਿਲ ਕਰਦਾ ਹੈ ਵੀ ਅਗਲੇ ਹਫ਼ਤੇ ਫਿਰ ਇਸੇ ਸਬਜੈਕਟ ਨੂੰ ਅੱਗੇ ਤੋਰੀਏ। ਬਹੁਤ ਕੁਝ ਸਮਝਣ ਵਾਲਾ ਬਾਣੀ ਵਿੱਚੋਂ। ਅਤੇ ਗੁਰੂ ਕਹਿੰਦੇ ਨੇ ਭਰਿਆ ਜਗਾ ਉਹ ਹੋ ਹੀ ਸਕਦਾ, ਸਾਰਿਆਂ ਵਿੱਚੋਂ ਇੱਕੋ ਸ਼ਰਤ ਹੈ, ਜੇ ਸੰਸਾਰ ਦੀ ਰੋਜ਼ਾਨਾ ਨੀਂਦ ਵਿੱਚੋਂ ਵੀ ਕੋਈ ਜਗਾਏਗਾ ਤਾਂ ਉਹ ਹੀ ਜਗਾਏਗਾ ਜਿਹੜਾ ਆਪ ਜਾਗਦਾ ਹੈ। ਨਾਲ ਦੇ ਮੰਜੇ 'ਤੇ ਕੋਈ ਦੂਜਾ ਸੁੱਤਾ ਪਿਆ, ਉਹਨੇ ਥੋੜ੍ਹਾ ਜਗਾਉਣਾ, ਨਹੀਂ ਉਹ ਹੀ ਜਗਾਏਗਾ ਜਿਹੜਾ ਜਾਗਦਾ। ਜੇ ਮੌਤ ਦੀ ਨੀਂਦ ਤੋਂ ਵੀ ਜਗਾਉਂਦਾ ਹੈ ਰੱਬ ਤਾਂ ਉਹ ਇਸ ਲਈ ਜਗਾਉਂਦਾ ਕਿਉਂਕਿ ਆਪ ਉਹ ਮੌਤ ਦੀ ਨੀਂਦ ਸੌਂਦਾ ਹੀ ਨਹੀਂ, ਨਾ ਉਹ ਮਰੇ ਨਾ ਹੋਵੇ ਸੋਗ, ਇਸ ਲਈ ਉਹ ਮੌਤ ਦੀ ਨੀਂਦ ਤੋਂ ਵੀ ਜਗਾ ਸਕਦਾ ਹੈ। ਅਤੇ ਅਗਿਆਨਤਾ ਦੀ ਨੀਂਦ ਤੋਂ ਵੀ ਗੁਰੂ ਤਾਂ ਹੀ ਜਗਾਉਂਦਾ ਹੈ ਕਿਉਂਕਿ ਗੁਰੂ ਅਗਿਆਨਤਾ ਨਹੀਂ, ਗੁਰੂ ਗਿਆਨ ਹੈ, ਗੁਰੂ ਗਿਆਨ ਹੈ। ਇਸ ਲਈ ਗੁਰੂ ਨੇ ਬਾਣੀ ਵਿੱਚ ਆਖ ਦਿੱਤਾ, ਕਹਿਣ ਲੱਗੇ ਆਸਾ ਵਿੱਚ ਆਸਾ ਵਿੱਚ ਸੁੱਤੇ ਕਈ ਲੋਈ ਸੋ ਜਾਗੇ ਸੋ ਜਾਗੇ ਜਗਾਵੇ ਸੋਈ। ਸਾਰੇ ਸੁੱਤੇ ਪਏ ਨੇ, ਸਭ ਮਧਮਾਤੇ ਕੋਈ ਨਾ ਜਾਗ, ਹੁਣ ਤਾਂ ਤਖਤਾਂ 'ਤੇ ਬੈਠੇ ਜਥੇਦਾਰ ਵੀ ਸੌ ਗਏ, ਜਗਾਏ ਕੌਣ? ਗੁਰੂ ਨੇ ਆਖਿਆ ਸੋ ਜਾਗੇ ਜਗਾਏ ਸੋਈ। ਅਤੇ ਫਿਰ ਕਹਿਣ ਲੱਗੇ ਜੀ ਜਾਗੇ ਕਿਹੜਾ, ਜਿਹੜਾ ਜਗਾਉਂਦਾ ਉਹ ਜਾਗਦਾ ਕੌਣ ਹੋ ਸਕਦਾ? ਉਹ ਵੀ ਗੱਲ ਜਵਾਬ ਬਾਣੀ ਵਿੱਚ ਆ ਗਿਆ, ਕਹਿਣ ਲੱਗੇ ਇੱਕੋ ਸਤ ਗੁਰ ਜਾਗਦਾ ਇੱਕੋ ਸਤ ਗੁਰ ਜਾਗਦਾ ਹੋਰ ਜਗ ਸੂਤਾ ਇੱਕੋ ਸਤ ਗੁਰ ਜਾਗਦਾ ਹੋਰ ਜਗ ਸੂਤਾ ਮੋਹ ਪਿਆਸ ਸਤ ਗੁਰ ਸੇਵਨ ਜਗਨ ਸੇ ਸਤ ਗੁਰ ਸੇਵਨ ਜਗਨ ਸੇ ਜੋ ਰਤੇ ਸੱਚ ਨਾਮ ਗੁਣ ਤਾਸ ਗੁਰ ਕਿਰਪਾ ਤੇ ਸੇ ਜਨ ਜਾਗੇ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ ਹਰ ਮਨ ਵਸਿਆ ਜਿਨ ਹਰ ਮਨ ਵਸਿਆ ਬੋਲੇ ਅੰਮ੍ਰਿਤ ਵਾਰੀ ਬੋਲੇ ਜਨ ਜਾਗੇ ਗੁਰ ਕਿਰਪਾ
ਧਰਮ ਭਰਮ ਕਿਵੇਂ ਬਣਦਾ ਹੈ। ਕਾਸ਼ ਕਦੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਬਖਸ਼ਿਸ਼ ਕੀਤੀ ਹੋਈ ਇਸ ਪੌੜੀ ਨੂੰ ਚੰਗੀ ਤਰ੍ਹਾਂ ਵਿਚਾਰ ਲਿਆ ਜਾਏ, ਪਰ ਨਹੀਂ ਵਿਚਾਰਿਆ, ਇਹਦੇ ਵਿੱਚੋਂ ਇੱਕ ਭਰਮ ਕੱਢ ਲਿਆ। ਉਹ ਭਰਮ ਨੇ ਨਾਮ ਲੈ ਲਿਆ ਰਹਿਣ ਸਬਾਈ ਦਾ। ਅਸੀਂ ਸਮਝ ਲਿਆ ਵੀ ਸਾਰੀ ਰਾਤ ਕੀਰਤਨ ਕਰਦਿਆਂ 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 ਦਿਨ ਚੜ੍ਹ ਜਾਏ, ਬਸ ਰਹਿਣ ਸਬਾਈ ਹੋ ਗਈ ਜੀ। ਅੱਜ ਕੀ ਹੈ ਜੀ ਰਹਿਣ ਸਬਾਈ? ਅਤੇ ਮੈਂ ਇੱਕ ਵਾਰ ਕੀਤੀ ਸੀ, ਰਹਿਣ ਸਬਾਈਆਂ ਬੜੀਆਂ ਕਰ ਲਈਆਂ ਪਰ ਅਜੇ ਤੱਕ ਰਹਿਣ ਸਬਾਈ ਨਾ ਹੋਈ। ਰਹਿਣ ਸਬਾਈ ਦਾ ਮਤਲਬ ਤਾਂ ਦਿਨ ਚੜ੍ਹੇ, ਸਾਡੇ ਜੀਵਨ ਵਿੱਚ ਗਿਆਨ ਦੀ ਰੋਸ਼ਨੀ ਹੋਈ ਨਹੀਂ, ਦਿਨ ਚੜ੍ਹਿਆ ਹੀ ਨਹੀਂ, ਰਾਤ ਹੀ ਪਈ ਹੋਈ ਹੈ। ਬੜੀਆਂ ਰਹਿਣ ਸਬਾਈਆਂ ਕੀਤੀਆਂ ਪਰ ਰਹਿਣ ਸਬਾਈ ਨਹੀਂ ਹੋਈ, ਰਹਿਣ ਰਹਿਣ ਹੀ ਰਹੀ। ਸਤਿਗੁਰੂ ਨੇ ਆਖਿਆ ਤਾਂ ਇਹ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਵਿਹਾਣੀ। ਅੱਗੇ ਕਹਿ ਦਿੱਤਾ ਅਖੀਰ 'ਤੇ, ਕਹਿ ਨਾਨਕ ਸੋ ਤੱਤ ਪਾਏ, ਜਿਸ ਨੂੰ ਅੰਨ ਦਿਨ ਲਿਵ ਲਾਗੇ, ਜਾਗਤ ਰਹਿਣ ਵਿਹਾਣੀ। ਰਹਿਣ ਖਤਮ ਹੋ ਜਾਏ, ਦਿਨ ਚੜ੍ਹ ਜਾਏ, ਤਾਂ ਹੀ ਰਹਿਣ ਸਬਾਈ ਹੋਏਗੀ ਨਾ। ਜੇ ਜੀਵਨ ਵਿੱਚੋਂ ਗਿਆਨਤਾ ਦੀ ਅੰਧੇਰੇ ਦੀ ਰਾਤ ਖਤਮ ਨਾ ਹੋਈ, ਕਾਹਦੀ ਰਹਿਣ ਸਬਾਈ ਹੈ? ਦਿਨ ਚੜ੍ਹਿਆ, ਉਹੀ ਦੁਕਾਨਾਂ, ਉਹੀ ਝੂਠ ਫਰੇਬ, ਉਹੀ ਹਰਕਤਾਂ, ਕਾਹਦੀ ਰਹਿਣ ਸਬਾਈ? ਸੋ ਅਸੀਂ ਧਰਮ ਨੂੰ ਭਰਮ ਦਾ ਰੂਪ ਦੇ ਰਹੇ ਹਾਂ, ਉਹਦਾ ਨਤੀਜਾ ਇਹ ਨਿਕਲੀ ਕਿ ਤਈ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਵਿਹਾਣੇ। ਸੋ ਇਸ ਨੀਂਦ ਨੂੰ ਸਮਝਣਾ ਹੈ। ਗੁਰੂ ਤੇਗ ਬਹਾਦਰ ਸਾਹਿਬ ਵੀ ਇਸੇ ਨੀਂਦ ਤੋਂ ਜਗਾਉਣਾ ਚਾਹੁੰਦੇ ਨੇ ਅਤੇ ਆਖਦੇ ਨੇ, ਜਾਗ ਲਿਓ ਰੇ ਮਨਾ, ਜਾਗ ਲਿਓ ਕਹਾਂ ਗਾਫਲ ਸੋਇਆ। ਸੋ ਇਹਨਾਂ ਸ਼ਬਦਾਂ ਨਾਲ ਕਿਵਾਂ ਦਾ ਜਾ ਚੁੱਕਾ ਸਮਾਂ ਹੋ ਗਿਆ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Oh.